ਵਾਟਰ ਟਰਮੀਨੇਸ਼ਨ ਐਕਟ 2004 ਨੂੰ ਗੈਰ ਸੰਵਿਧਾਨਿਕ ਘਰਾੜ ਦਿੰਦੇ ਸੁਪਰੀਮ ਕੋਰਟ ਨੇ ਸਤਲੁਜ ਯਮਨਾ ਲਿੰਕ ਨਹਿਰ ਬਣਾਉਣ ਦਾ ਆਦੇਸ਼ ਜਾਰੀ ਕੀਤਾ ਹੈ ਜਿਸ ਨਾਲ ਪੰਜਾਬ ਲਈ ਖੇਤੀ ਪ੍ਰਧਾਨ ਸੂਬੇ ਪੰਜਾਬ ਲਈ ਜਿਹੜਾ ਕਿ ਪਹਿਲਾਂ ਹੀ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਉਸ ਲਈ ਇੱਕ ਨਵੀਂ ਮੁਸੀਬਤ ਪੈਦਾ ਹੋ ਗਈ ਹੈ ਇਸ ਮੁੱਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਤੇ ਵਿਧਾਨਕਾਰ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ ਜਿਹੜਾ ਕਾਂਗਰਸ ਵੱਲੋਂ ਜਿਹੜੇ ਚਾਲ ਚੱਲੀ ਗਈ ਹੈ ਜੋ ਮੂਵ ਕੀਤਾ ਗਿਆ ਉਹਦੇ ਬਾਰੇ ਕੀ ਕਹੋਗੇ ਦੇਖੋ ਕਾਂਗਰਸ ਹਮੇਸ਼ਾ ਡਰਾਮਾ ਕਰਦੀ ਰਹੀ ਹੈ ਕਾਂਗਰਸ ਦਾ ਇਤਿਹਾਸ ਹੈ ਕਿ ਇਹਨੇ ਹਮੇਸ਼ਾ ਹੀ ਪੰਜਾਬ ਵਿਰੋਧੀ ਫੈਸਲਿਆਂ ਦਾ ਸਾਥ ਦਿੱਤਾ ਹੈ ਪੰਜਾਬ ਵਿਰੋਧੀ ਚੁੱਕੇ ਹੋਏ ਕਦਮਾਂ ਦਾ ਸਾਥ ਦਿੱਤਾ ਹੈ ਕਿਸੇ ਵੀ ਥਾਂ ਤੇ ਕਾਂਗਰਸ ਨੇ ਕਦੀ ਇਹੋ ਜਿਹਾ ਰੋਲ ਨਹੀਂ ਨਿਭਾਇਆ ਜਿਹੜਾ ਪੰਜਾਬ ਪੱਖੀ ਹੋਵੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਪਤਨ ਅਮਰਿੰਦਰ ਸਿੰਘ ਉਹ ਗੱਲ ਕਹਿੰਦੇ ਕਿ ਮੈਨੂੰ ਐਸਵੀਐਲ ਬਣਾਉਣ ਦਾ ਬੜਾ ਵੱਡਾ ਦੁੱਖ ਹੈ ਜਿਹੜਾ ਫੈਸਲਾ ਹੈ ਮੈਨੂੰ ਬਹੁਤ ਵੱਡਾ ਦੁੱਖ ਹੈ ਮੈਂ ਅਸਤੀਫਾ ਦੇਣਾ ਤੇ ਮੇਰਾ ਇੱਕੋ ਸਵਾਲ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਪੰਜਾਬ ਦੇ ਪਾਣੀਆਂ ਦੇ ਖੂਨ ਦਾ ਇਤਿਹਾਸ ਲਿਖਿਆ ਜਾਊ ਤੇ ਸਭ ਤੋਂ ਉੱਪਰ ਨਾਂ ਆਉਣਾ ਹੈ ਪੰਜਾਬ ਦੇ ਦੁੱਖੀਆਂ ਚ ਇੰਦਰਾ ਗਾਂਧੀ ਦਾ ਕਾਂਗਰਸ ਪਾਰਟੀ ਦਾ ਤੇ ਜਦੋਂ ਉਸ ਤੋਂ ਥੱਲੇ ਨਾ ਆਉਣਾ ਹੈ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਆਉਣਾ ਉਸ ਕੈਪਟਨ ਬਰਿੰਦਰ ਸਿੰਘ ਦਾ ਨਾਮ ਆਉਣਾ ਹੈ ਜਿਨੇ ਐਸਵਾਈਐਲ ਦਾ ਨੀ ਪੱਥਰ ਰਖਵਾਇਆ ਸੀ ਇੰਦਰਾ ਗਾਂਧੀ ਨੂੰ ਸੱਦ ਕੇ ਵੈਲਕਮ ਕੀਤਾ ਸੀ ਇਸ਼ਤਿਹਾਰ ਛਪਾਏ ਸੀ ਪਾਰਟੀਆਂ ਕੀਤੀਆਂ ਸੀ ਕੱਟ ਕੀਤੇ ਸੀ ਤੇ ਜਦੋਂ ਇੰਦਰਾ ਗਾਂਧੀ ਨੇ ਟੱਪ ਲਾਇਆ ਸੀ ਨਾ ਤਾਂ ਤਾੜੀਆਂ ਵਜਾਈਆਂ ਸੀ ਤੇ ਲੱਡੂ ਵੰਡੇ ਸੀ ਇਸੇ ਕੈਪਟਨ ਬਰਿੰਦਰ ਸਿੰਘ ਨੇ ਤੇ ਇੱਕ ਹੀ ਤੱਕ ਮੈਨੂੰ ਪੰਜਾਬ ਦੇ ਨਾਲ 헤ਜ ਹੈ ਅਸੀਂ ਕਹਿੰਦੇ ਜਿਤਨੇ ਪੰਜਾਬ ਦਾ ਦਰਦ ਜਾਗਿਆ ਹੈ ਅਸੀਂ ਵੈਲਕਮ ਕਰਦੇ ਹਾਂ ਪੰਜਾਬ ਦਾ ਦਰਦ ਰੱਖਣ ਵਾਲਾ ਕਦੀ ਕਾਂਗਰਸ ਨਾਲ ਸਾਝ ਨਹੀਂ ਰੱਖੂਗਾ ਕਦੀ ਇੰਦਰਾ ਗਾਂਧੀ ਦੀ ਜਾਂ ਗਾਂਧੀ ਪਰਿਵਾਰ ਦੀ ਜੈ ਨਹੀਂ ਕਰੂਗਾ। ਕੈਪਟਨ ਅਮਰਿੰਦਰ ਸਿੰਘ ਜੀ ਜੇ ਤੁਹਾਨੂੰ ਪੰਜਾਬ ਦਾ ਦਰਦ ਹੈ ਤੁਹਾਨੂੰ ਸਨਮਾਨਤ ਕਰਾਂਗੇ। ਤੇ ਜਿਹੜੀ ਪੰਜਾਬ ਬਰੋ ਦੀ ਦੁਸ਼ਮਣ ਜਮਾਤ ਹੈ ਕਾਂਗਰਸ ਤੇ ਇੰਦਰਾ ਗਾਂਧੀ ਦਾ ਪਰਿਵਾਰ ਗਾਂਧੀ ਪਰਿਵਾਰ ਉਹਨਾਂ ਨੂੰ ਛੱਡੋ ਤੇ ਇਹ ਕਹੋ ਕਿ ਗਾਂਧੀ ਪਰਿਵਾਰ ਨੇ ਤੇ ਕਾਂਗਰਸ ਨੇ ਪੰਜਾਬ ਨੂੰ ਤਬਾਹ ਕੀਤਾ ਪੰਜਾਬੀ ਬੋਲਦੇ ਇਲਾਕੇ ਖੋਏ ਚੰਡੀਗੜ੍ਹ ਖੋਇਆ ਹੈੱਡਵਰਕਸ ਖੋਏ ਤੇ ਜਿੰਦ ਜਾਣ ਤੋਂ ਪਿਆਰਾ ਸਾਡਾ ਪਾਣੀ ਖੋਇਆ ਉਹ ਇਹ ਸੱਚ ਹੈ ਇਹ ਕੋਈ ਧੁਰਾਵਾ ਨਹੀਂ ਕਿ ਇੰਦਰਾ ਗਾਂਧੀ ਨੇ ਹੀ ਪੰਜਾਬ ਦੇ ਪਾਣੀਆਂ ਦੇ ਫੈਸਲੇ ਕੀਤੇ ਔਰ ਪੰਜਾਬ ਦੀ ਬੇੜੀਆਂ 'ਚ ਵੱਟੇ ਪਾਉਣ ਵਾਸਤੇ ਜੋ ਕੁਝ ਪਿੜੀਆਂ ਵੱਟੀਆਂ ਇੰਦਰਾ ਗਾਂਧੀ ਨੇ ਇਹ ਕੱਲ ਦੀਆਂ ਗੱਲਾਂ ਨਹੀਂ ਕੋਈ ਬਾਲੀ ਦੂਰ ਦੀਆਂ ਗੱਲਾਂ ਨਹੀਂ ਹੈ ਲੋਕਾਂ ਨੂੰ ਸਾਰਿਆਂ ਨੂੰ ਵਜੇ ਯਾਦ ਹੈ ਤੇ ਤੁਸੀਂ ਉਸ ਕਾਂਗਰਸ ਦੀ ਕਰ ਕਰਦੇ ਜੀ ਵੀ ਉਹ ਪੰਜਾਬ ਦੀ ਹਮੇਤੀ ਹੈ ਮੇਰੀ ਇੱਕੋ ਬੇਨਤੀ ਹੈ ਕੈਪਟਨ ਅਮਰਿੰਦਰ ਸਿੰਘ ਜੀ ਅਸੀਂ ਤੁਹਾਨੂੰ ਸੱਚ ਮੰਨਾਂਗੇ ਜੇ ਤੁਸੀਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੰਦੇ ਔਰ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ 2017 ਦੀ ਉਹ ਕਾਂਗਰਸ ਪਾਰਟੀ ਵੱਲੋਂ ਨਹੀਂ ਲੜੋਗੇ ਫਿਰ ਪੰਜਾਬ ਦੇ ਹਮਦਰਦ ਮੰਨਾਂਗੇ ਔਰ ਦੂਸਰੇ ਬੰਨੇ ਕਪਤਨ ਨਵਿੰਦਰ ਸਿੰਘ ਜੀ ਇਹ ਵੀ ਸੱਚ ਹੈ ਕਿ ਤੁਹਾਡੀ ਇੰਦਰਾ ਗਾਂਧੀ ਵੱਲੋਂ ਕੀਤੇ ਹੋਏ ਫੈਸਲਿਆਂ ਨੂੰ ਤੇ ਤੁਹਾਡੀਆਂ ਕਾਂਗਰਸੀ ਸਰਕਾਰਾਂ ਵੱਲੋਂ ਕੀਤੇ ਹੋਏ ਫੈਸਲਿਆਂ ਨੂੰ ਚੈਲੰਜ ਕੀਤਾ ਸੀ ਸਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਸੀ ਤੇ ਜਦੋਂ ਇੰਦਰਾ ਗਾਂਧੀ ਨੇ ਦੇਖਿਆ ਕੇਸ ਕਿ ਇਹਦਾ ਕੇਸ ਹੈ ਇਹ ਹਰਿਆਣੇ ਦੇ ਵਿਰੁੱਧ ਚੱਲ ਜਾਣਾ ਹੈ ਇਹ ਪੰਜਾਬ ਨੇ ਜਿੱਤ ਜਾਣਾ ਹੈ ਤੇ ਬਿਨਾ ਕਿਸੇ ਘੰਟੇ ਸਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੋੜ ਦਿੱਤੀ ਸੀ ਇਸੇ ਕਰਕੇ ਥੋੜੀ ਸੀ ਨਾ ਵੀ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆ ਉਹ 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 ਵਿਰੋਧ ਆ ਜਾਊਗਾ ਸਰਕਾਰ ਤੋੜਤੀ ਸਬ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਚ ਚੋਣਾਂ ਹੋਈਆਂ ਦਰਬਾਰਾ ਸਿੰਘ ਦੀ ਸਰਕਾਰ ਬਣੀ ਕੈਪਟਨ ਅਬਰਿੰਦਰ ਸਿੰਘ ਜੀ ਤੇ ਤੁਹਾਡੇ ਦਰਬਾਰਾ ਸਿੰਘ ਦੀ ਧੌਣ ਤੇ ਗੋਡਾ ਰੱਖ ਕੇ ਇੰਦਰ ਗਾਂਧੀ ਨੇ ਸੁਪਰੀਮ ਕੋਰਟ ਚ ਕੇਸ ਵਾਪਸ ਕਰਾਇਆ ਸੀ ਕੇਸ ਵਾਪਸ ਕਰਾ ਕੇ ਤੇ ਐਸਵਾਈਐਲ ਦਾ ਜਿਹੜਾ ਨੀਂ ਪੱਥਰ ਰੱਖਿਆ ਤੇ ਜਿਹੜਾ ਤੁਸਾਰ ਖਵਾਇਆ ਸੀਗਾ ਇਹ ਤਾਂ ਕੱਲ ਦੀਆਂ ਗੱਲਾਂ ਨੇ ਕੈਪਟਨ ਬਿੰਦਰ ਸਿੰਘ ਜੀ ਕਿਵੇਂ ਭੁੱਲ ਜੀ ਲੁੱਕੀ ਜਾਣਦੇ ਨੇ ਬੱਚਾ ਬੱਚਾ ਜਾਣਦਾ ਹੈ ਤੇ ਤੁਸੀਂ ਡਰਾਮੇ ਕਰਦੇ ਜੇ ਤੇ ਬਾਕੀ ਰਹਿ ਗਈ ਗੱਲ ਜਿਹੜੀ ਅਸਤੀਫੇ ਦੀ ਕਿਸ ਗੱਲ ਦੇ ਅਸਤੀਫੇ ਜਦ ਤੱਕ ਵਿਧਾਨ ਸਭਾ ਦੀ ਵਿਧਾਨ ਸਭਾ ਦੀ ਟਿਨਿਓਰੀ ਪੂਰੀ ਹੋ ਗਈ ਉਹਦਾ ਸਮਾਂ ਹੀ ਖਤਮ ਹੋ ਗਿਆ ਉਹ ਤਾਂ ਇਲੈਕਸ਼ਨ ਹੈ ਤੇ ਦੂਜੇ ਬੰਨੇ ਕੈਪਟਨ ਬਿੰਦਰ ਸਿੰਘ ਜੀ ਕਹਿੰਦੇ ਮੈਂ ਪਾਰਲੀਮੈਂਟ ਤੋਂ ਅਸਤੀਫਾ ਦੇ ਦਿੱਤਾ ਬੜਾ ਵੱਡਾ ਮਾਰਕਾ ਮਾਰਤਾ ਬਿਲਕੁਲ ਗੱਲੇ ਨੇ ਅਮਰਸਰ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਕਿ ਪਿਛਲੇ 2.5 ਸਾਲਾਂ ਦੇ ਵਿੱਚ ਅਮਰਸਰ ਹੀ ਨਹੀਂ ਵੜਿਆ ਜਿੱਥੋਂ ਵੋਟਾਂ ਲੀਆਂ ਸੀ ਲੋਕਾਂ ਨੇ ਬੜੇ ਵੱਡੇ ਮਾਰਜਨਾ ਜਤਾਇਆ ਸੀ ਤੇ ਦੂਸਰੇ ਬੰਨੇ ਜਿੱਥੇ ਭੇਜਿਆ ਸੀ ਉਸ ਪਾਰਲੀਮੈਂਟ 'ਚ ਵੀ ਨਹੀਂ ਵੜਿਆ ਅਮਰਸਰ ਤੁਸੀਂ ਆਏ ਨਹੀਂ ਲੋਕਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਦੁਖਦਰਦਨੀ ਕੋਈ ਸੁਣਿਆ ਤੇ ਪਾਰਲੀਮੈਂਟ 'ਚ ਜਾ ਕੇ ਨਾ ਅਮਰਸਰ ਦੀ ਗੱਲ ਕੀਤੀ ਨਾ ਪੰਜਾਬ ਦੀ ਗੱਲ ਕੀਤੀ ਪਾਰਲੀਮੈਂਟ 'ਚ ਤੁਸੀਂ ਗਏ ਹੀ ਨਹੀਂ ਤੇ ਤੁਸੀਂ ਤਾਂ ਪਾਰਲੀਮੈਂਟ ਦੇ ਲਾਇਕ ਹੀ ਨਹੀਂ ਜੀ ਹਾਂਜੀ ਤੇ ਤੁਸੀਂ ਕੋਈ ਕਿਸ ਗੱਲ ਦਾ ਅਸਤੀਫਾ ਤੁਹਾਡੇ ਤੇ ਅੱਗੇ ਅਸਤੀਫਾ ਸੀਗਾ ਤੇ ਬਾਕੀ ਰਹੀ ਗੱਲ ਜਿਸਤੀਫਾ ਦੇਣਾ ਸੀ ਦੋ ਇਹਨਾਂ ਦੇ ਜਿਹੜੇ ਬਾਕੀ ਰਹਿੰਦੇ ਨੇ ਪਾਰਲੀਮੈਂਟ ਦੇ ਮੈਂਬਰ ਹਨ ਨੀਤ ਬਿੱਟੂ ਤੇ ਚੌਧਰੀ ਸੰਤੋਖ ਸਿੰਘ ਤੇ ਦੋ ਇਹਨਾਂ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੀਰ ਸਿੰਘ ਦੂਲੋਂ ਦੇ ਅਸਤੀਫੇ ਦਿਵਾ ਕੇ ਵਿਖਾਓ ਕੈਪਟਨ ਬਰਿੰਦਰ ਸਿੰਘ ਜੀ ਪਹਿਲਾਂ ਕਾਂਗਰਸ ਤੇ ਸੰਭੋ ਕਾਂਗਰਸ ਤੇ ਇਕਮਤ ਹੋਵੋ ਤੇ ਤੁਸੀਂ ਲੋਕਾਂ ਨੂੰ ਸਲਾਹਾਂ ਦਿੰਦੇ ਜੀ ਤੁਹਾਡੀ ਆਪਣੀ ਇਕਮਤ ਨਹੀਂ ਤੇ ਲੋਕਾਂ ਨੂੰ ਮਤਾਂ ਦਿੰਦੇ ਜੀ ਕੈਪਟਨ ਸਾਹਿਬ ਤੁਹਾਡੀ ਗੱਲ ਨਹੀਂ ਬੰਨੀ 2017 ਚ ਜਿਹੜੀ ਲਕਸ਼ਣ ਹੈ ਜਿਹੜੇ ਲੋਕੀ ਪੰਜਾਬ ਦੀ ਸੱਚੇ ਮਨੋਂ ਸੇਵਾ ਕਰਦੇ ਨੇ ਤੇ ਜਿਹੜੇ ਸੱਚੇ ਮਨੋਂ ਸੇਵਾ ਕਰਦੇ ਨੇ ਫਲ ਵੀ ਉਹਨਾਂ ਨੂੰ ਮਿਲਦੇ ਨੇ ਤੇ ਕੈਪਟਨ ਸਾਹਿਬ ਡਰਾਮੇ ਬਾਜ਼ੀਆਂ ਨਾਲ ਜਾਂ ਧੋਖੇ ਬਾਜ਼ੀਆਂ ਨਾਲ ਕਦੇ ਪੰਜਾਬ ਨਹੀਂ ਜਿੱਤਿਆ ਜਾਣਾ ਤੇ ਸਤਿਗੁਰੂ ਨੇ ਰਹਿਮਤ ਕਰਨੀ ਹੈ ਤੇ ਤੁਸੀਂ ਮੈਂ ਕਿਹਾ ਅਗੇ ਇਸ ਜਿਹੜੀ ਹਾਰ ਹੋਣੀ ਤੁਹਾਡੀ ਜਿਹੜੀ ਜਲਾਲਤ ਹੋਣੀ ਹੈ ਤੇ ਜੇ ਜਲਾਲਤ ਤੋਂ ਬਚਣਾ ਹੈ ਅੱਜ ਕਾਂਗਰਸ ਨੂੰ ਛੱਡੋ ਤੁਹਾਨੂੰ ਇਧਰ ਵੀ ਨਵਾਜਾਂਗੇ